ਅੱਜ ਆਪਾਂ ਗੱਲ ਕਰਨੀ ਹੈ ਕਿ ਲੇਟੈਸਟ ਹਿੰਦੀ ਮੂਵੀ ਵਿਕਰਮ ਵੇਦਾ ਬਾਰੇ ਸਟਾਰਿੰਗ ਸੈਫ ਅਲੀ ਖਾਨ ਅਤੇ ਰਿਤਿਕ ਰੋਸ਼ਨ ਵੀ ਜੇ ਤੁਸੀਂ ਫਿਲਮ ਦੇਖਣ ਜਾ ਰਹੇ ਹੋ ਵਰਥ ਇੱਟ ਆ ਜਾਂ ਨਹੀਂ। ਪਹਿਲੀ ਗੱਲ ਤਾਂ 2017 ਦੇ ਵਿੱਚ ਮੂਵੀ ਆਈ ਸੀ ਜਿਹੜੀ ਓਰਿਜਿਨਲ ਸੀਗੀ ਵਿਕਰਮ ਵੇਦਾ ਆਰ ਮਾਧਵਨ ਤਾਮਿਲ ਐਕਟਰ ਉਹਦੀ ਇਹ ਸੇਮ ਉਹਨਾਂ ਨੇ ਹਿੰਦੀ ਵਰਜਨ ਕੀਤਾ ਬੋਲੀਵੁੱਡ। ਸੋ ਜੇ ਤਾਂ ਤੁਸੀਂ ਉਹ ਮੂਵੀ ਦੇਖੀ ਹੋਈ ਆ ਤਾਂ ਮੇ ਬੀ ਤੁਹਾਨੂੰ ਇਹ ਫਿਲਮ ਤੁਸੀਂ ਜੱਜ ਕਰੋ ਵੀ ਉਹਦੇ ਨਾਲੋਂ ਘੱਟ ਵਧੀਆ ਜਾਂ ਸੇਮ ਆ ਜਾਂ ਸੇਮ ਕੁਛ ਆ, ਕੋਈ ਗੱਲ ਨਹੀਂ ਬਣੀ ਹੈ ਨਾ। ਜਿਹੜਾ ਮੇਰਾ ਰਿਵਿਊ ਆ ਉਹ ਹੈ ਪਰਸਪੈਕਟਿਵ ਤੋਂ ਕਿ ਮੈਂ ਉਹ ਮੂਵੀ ਨਹੀਂ ਦੇਖੀ ਹੋਈ। ਸੋ ਗੱਲ ਕਰਾਂ ਮੂਵੀ ਦੀ ਤਾਂ ਜਿਹੜੀ ਫਿਲਮ ਦੀ ਸਟੋਰੀ ਹੈਗੀ, ਵਿਕਰਮ ਜੋ ਕਿ ਸੈਫ ਅਲੀ ਖਾਨ ਆ ਪੁਲਿਸ ਆਫਿਸਰ ਆ, ਵੇਦਾ ਜੋ ਕਿ ਰਿਤਿਕ ਰੋਸ਼ਨ ਆ। ਨੋਰਮਲੀ ਇੱਕ ਕ੍ਰਿਮੀਨਲ ਐਂਡ ਪੁਲਿਸ ਆਫਿਸਰ ਦੀ ਜਿਹੜਾ ਆਪਸ ਦੇ ਵਿੱਚ ਹੁੰਦੀ ਆ ਰਿਲੇਸ਼ਨਸ਼ਿਪ ਉਹਦੇ 'ਤੇ ਵੈਸੇ ਫਿਲਮ ਬੇਸਡ ਆ ਇਹ ਸਾਰੀ ਵਿਕਰਮ ਵੇਦਾ, ਬਟ ਉਹਨੂੰ ਇੰਨਾ ਇੰਟਰਸਟਿੰਗ ਵੇ ਦੇ ਵਿੱਚ ਪ੍ਰਜੈਂਟ ਕੀਤਾ ਗਿਆ, ਇੰਨੇ ਟਵਿਸਟ ਪਾਏ ਗਏ ਨੇ। ਵਿਕਰਮ ਬੇਤਾਲ ਦੀਆਂ ਕਹਾਣੀਆਂ ਯਾਦ ਆ ਜਾਣਗੀਆਂ, ਤੁਹਾਨੂੰ ਹੁੱਕ ਕਰਕੇ ਰੱਖੂਗੀ 2.5 ਘੰਟੇ ਦੀ ਫਿਲਮ। ਫਿਲਮ ਦੇ ਵਿੱਚ ਫਿਲਮ ਦੇ ਜਿਹੜੇ ਡਾਇਲੋਗ ਨੇ ਉਹ ਵੀ ਬਹੁਤ ਔਨ ਦਾ ਸਪੋਟ ਨੇ। ਰਿਤਿਕ ਰੋਸ਼ਨ ਦਾ ਡਾਇਲੋਗ ਮੈਨੂੰ ਬਹੁਤ ਵਧੀਆ ਲੱਗਿਆ, ਜੋ ਕਹਿੰਦਾ ਲਾਰਡ ਸ਼ਿਵਾ ਦੇ ਜੋ ਗੱਲ ਦੇ ਵਿੱਚ ਸਨੇਕ ਆ ਹੈ ਨਾ ਸਾਪਾ। ਸੋ ਮੈਂ ਉਹ ਸਪੋਇਲ ਨਹੀਂ ਕਰਦਾ, ਤੁਸੀਂ ਮੂਵੀ ਦੇਖ ਕੇ ਤੁਹਾਨੂੰ ਪਤਾ ਲੱਗੂਗਾ, ਮੇਤੋਂ ਨਹੀਂ ਗੱਲ ਨਹੀਂ ਬਣਨੀ ਹੈਗੀ ਡਾਇਲੋਗ ਦੀ। ਡਾਇਲੋਗਸ ਵੀ ਸੋਹਣੇ ਨੇ, ਮਿਊਜ਼ਿਕ ਦੀ ਗੱਲ ਕਰਾਂ ਗਾਣੇ ਬਹੁਤ ਔਨ ਦਾ ਸਪੋਟ ਨੇ ਫਿਲਮ ਦੇ ਵਿੱਚ। ਇੱਕ ਗਾਣਾ ਅਲਕੋਹਲੀ ਆ, ਮੈਂ ਕਹਿੰਦਾ ਵੀ ਜੇ ਤੁਹਾਨੂੰ ਫਿਲਮ ਨਾ ਵੀ ਜਚੀ ਤਾਂ ਜਿਹੜਾ ਰਿਤਿਕ ਰੋਸ਼ਨ ਦਾ ਡਾਂਸ ਆ ਅਲਕੋਹਲੀ ਆ, ਅਤੇ ਉਹ ਤੁਹਾਨੂੰ ਵਰਥ ਇੱਟ ਫੀਲ ਕਰਾ ਦੂ ਵੀ ਯਾਰ ਹਾਂ ਥੀਏਟਰ ਦੇ ਵਿੱਚ ਗਏ ਕੁਛ ਤਾਂ ਚੱਜਦਾ ਦੇਖ ਕੇ। ਫਿਲਮ ਦੀ ਕਹਾਣੀ ਐਕਟਿੰਗ ਦੇ ਮੈਟਰ ਦੇ ਵਿੱਚ ਹੁਣ ਰਿਤਿਕ ਰੋਸ਼ਨ ਅਤੇ ਸੈਫ ਅਲੀ ਖਾਨ ਕੋਈ ਕੰਪਲੇਨ ਨਹੀਂ ਕਰ ਸਕਦੇ ਉਹ ਬੰਦਿਆਂ ਤੋਂ, ਹੈ ਨਾ ਬਖੂਬੀ ਦਿਖਾਇਆ। ਕਿਤੇ ਕਿਤੇ ਰਿਤਿਕ ਰੋਸ਼ਨ ਦੀ ਜਿਹੜੀ ਡਾਇਲੋਗ ਡਿਲੀਵਰੀ ਆ ਉਹ ਅਮਿਤਾਭ ਬੱਚਨ ਵਾਂਗੂ ਲੱਗਦੀ ਹੈ ਹਲੇ ਉਹਦੇ ਲਈ, ਉਹ ਬਾਕੀ ਤੁਸੀਂ ਦੇਖ ਕੇ ਜੱਜ ਕਰੋਗੇ। ਸੋ ਮੇਰਾ ਵਰਡਿਕਟ ਤਾਂ ਇਹ ਕਹਿੰਦਾ ਵੀ ਜੇ ਤੁਸੀਂ ਫੈਮਿਲੀ ਨਾਲ, ਵੈਸੇ ਵੀ ਦੁਸ਼ਹਿਰਾ ਆ ਰਿਹਾ, ਜੇ ਤੁਸੀਂ ਫੈਮਿਲੀ ਨਾਲ, ਇਟ ਡਜ਼ਨਟ ਮੈਟਰ ਤੁਸੀਂ ਫੈਮਿਲੀ ਨਾਲ ਜਾ ਰਹੇ ਹੋ, ਆਪਣੀ ਗਰਲਫ੍ਰੈਂਡ ਨਾਲ ਜਾ ਰਹੇ ਹੋ, ਯਾਰਾਂ ਦੋਸਤਾਂ ਨਾਲ ਜਾ ਰਹੇ ਹੋ, ਵਧੀਆ ਫਾਇਰ ਵਰਕਸ ਵਾਲੀ ਮੂਵੀ ਹੈਗੀ, ਰਿਫਰੈਸ਼ ਕਰ ਦੋਗੀ ਤੁਹਾਨੂੰ 2.5 ਘੰਟਿਆਂ ਦੇ ਵਿੱਚ, ਹੈ ਨਾ। ਸੋ ਜਾਓ ਐਂਡ ਬਾਕੀ ਜਿਨ੍ਹਾਂ ਨੇ ਦੇਖ ਲਈ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ